ਸਾਡਾ ਆਜ਼ਾਦੀ ਦਾ ਇਤਿਹਾਸ ਜੋ ਸਿੱਖ ਕੌਮ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਤਾਂ ਸਿੱਖ ਕੌਮ ਦੀ ਅਮੀਰ ਵਿਰਾਸਤ ਬਹਾਦਰੀ ਤੇ ਸੂਰਬੀਰਤਾ ਦਾ ਬ੍ਰਿਟਿਸ਼ ਰਾਜ ਵੀ ਕਾਇਰ ਸੀ ਤੇ ਇਸ ਗੱਲ ਦੀ ਗਵਾਹੀ ਨਾ ਸਿਰਫ ਇਤਿਹਾਸ ਬਲਕਿ ਬ੍ਰਿਟਿਸ਼ ਰਾਜ ਸਮੇਂ ਕੜਾ ਦੇ ਖੇਤਰ ਵਿੱਚ ਵੀ ਗੂੰਜਦੀ ਰਹੀ ਹੈ ਤੇ ਮਹਾਨ ਸਿੱਖ ਕਰਦਾਰਾਂ ਤੇ ਸਿੱਖ ਵਿਰਾਸਤ ਤੇ ਬਣੀਆਂ ਕੁਝ ਸ਼ਾਹਕਾਰ ਪੇਂਟਿੰਗਸ ਦੀ ਨਮਾ显示 ਪਹਿਲੀ ਵਾਰ ਭਾਰਤ ਵਿੱਚ ਲਗਾਈ ਗਈ ਹੈ ਜਿਸ ਵਿੱਚ ਯੂਰੋਪੀਅਨ ਕਲਾਕਾਰਾਂ ਦੀਆਂ 80 ਸ਼ਾਹਕਾਰ ਪੇਂਟਿੰਗਸ ਨੂੰ ਦ ਸਿੱਖ ਐਨ ਅਨਸੀਡੈਂਟਲ ਰੋਮਾਂਸ ਦੇ ਸਿਰਲੇਖ ਹੇਠ ਇੱਕ ਪ੍ਰਦਰਸ਼ਨੀ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਹੈ ਇਸ ਦਾ ਕਾਲ ਖੰਡ ਮੁੱਖ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਦਾ ਅੰਤਲਾ ਸਮਾਂ ਹੈ ਤੇ ਵਿਸ਼ਾ ਵਸਤੂ ਸਿੱਖ ਕਦਰਾਂ ਕੀਮਤਾਂ ਸਭਿਆਚਾਰ ਤੇ ਬਰਸਦਾ ਸਿਕ ਹਸਤੀਆਂ ਹਨ ਇਸ ਪ੍ਰਦਰਸ਼ਨੀ ਵਿੱਚ ਪੂਰੀ ਦੁਨੀਆ ਵਿੱਚੋਂ ਖਿੰਡਰੀਆਂ ਕੁਝ ਪੇਂਟਿੰਗਸ ਨੂੰ ਇੱਕ ਛੱਫੇਟ ਇਕੱਠਾ ਕੀਤਾ ਗਿਆ ਹੈ ਇਹ ਪ੍ਰਦਰਸ਼ਨੀ ਉਂਝ ਕੁਝ ਮੂਲ ਕਲਾਕ੍ਰਿਤੀਆਂ ਦੀਆਂ ਪ੍ਰਤੀ ਕਾਪੀਆਂ ਹਨ ਜੋ ਬਹੁਤ ਹੀ ਪੇਸ਼ੇਵराना ਮੁਹਾਰਤ ਨਾਲ ਤਿਆਰ ਕੀਤੀਆਂ ਗਈਆਂ ਹਨ ਹੋਬ੍ਰਿਸ ਫਾਊਂਡੇਸ਼ਨ ਜਿਸ ਵੱਲੋਂ ਇਹ ਪ੍ਰਦਰਸ਼ਨੀ ਲਗਾਈ ਗਈ ਹੈ ਉਸਦੇ ਸੰਸਤਾਪਕ ਗੌਤਮ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਮੂਲ ਕਲਾਕ੍ਰਿਤਾਂ ਦੀ ਹੋ ਬਹੂ ਪ੍ਰਤੀ ਕਾਪੀ ਤਿਆਰ ਕਰਨਾ ਇੱਕ ਜਟਿਲ ਪ੍ਰਕਿਰਿਆ ਹੈ ਤੇ ਇਹ ਪੂਰੀ ਦੁਨੀਆ ਵਿੱਚ ਬਸ 2 ਜਾਂ 3 ਥਾਵਾਂ ਤੇ ਹੀ ਸੰਭਵ ਹੈ ਇਸ ਲਈ ਜਾਪਾਨ ਦੀ ਸਿਆਹੀ ਦਾ ਇਸਤੇਮਾਲ ਹੁੰਦਾ ਹੈ ਤੇ ਪ੍ਰਿੰਟਿੰਗ ਜਰਮਨੀ ਵਿੱਚ ਹੁੰਦੀ ਹੈ ਇੱਕ ਸਿੰਗਲ ਆਰਟ ਦੀਆਂ ਕਈ ਪ੍ਰਤੀ ਕਾਪੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜੇਕਰ ਕੋਈ ਇਹਨਾਂ 80 ਸ਼ਾਹਕਾਰ ਪੇਂਟਿੰਗਸ ਦੀਆਂ ਮੂਲ ਜਾਂ 오ਰੀਜਨਲ ਕਲਾਕ੍ਰਿਤੀਆਂ ਨੂੰ ਵੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਕਰੀਬ ਪੂਰੀ ਦੁਨੀਆ ਵਿੱਚ 20 ਮੁਲਕਾਂ ਵਿੱਚ ਘੁੰਮਣਾ ਪਵੇਗਾ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਪੇਂਟਿੰਗਸ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਦੀ ਪੇਂਟਿੰਗ ਹੈ। ਇਸ ਦੇ ਇਲਾਵਾ ਐਡਵਿਨ ਲਾਊਡ ਵੱਲੋਂ ਬਣਾਈ ਸ਼੍ਰੀ ਦਰਬਾਰ ਸਾਹਿਬ ਦੀ ਪੇਂਟਿੰਗ, ਚਲਿਆਂ ਵਾਲਾ ਬਾਗ ਦੇ ਸਾਕੇ ਸਮੇਤ ਲਾਹੌਰ ਦੇ ਆਵਾਜ਼ ਦੀ ਪੇਂਟਿੰਗ ਜੋ ਰਸ਼ੀਅਨ ਸ਼ਹਿਜ਼ਾਦੇ ਐਲਕਸ ਸੌਲਫੀ ਕੋਰਟ ਦੀ ਕਲੈਕਸ਼ਨ ਵਿੱਚੋਂ ਹੈ। ਕੁਝ ਦੁਰਲੱਭ ਪੇਂਟਿੰਗਸ ਇਨ੍ਹਾਂ ਵਿੱਚੋਂ ਕੁਝ ਪੇਂਟਿੰਗਸ ਨੂੰ ਲੱਭਣ ਵਿੱਚ ਬਹੁਤ ਵੱਡੀ ਮਿਹਨਤ ਹੈ ਸਭ ਤੋਂ ਪਹਿਲਾਂ ਇਸ ਪ੍ਰੋਜੈਕਟ ਨਾਲ ਜੁੜਨ ਲਈ ਹਰ ਕੋਈ ਛੇਤੀ ਰਾਜ਼ੀ ਨਹੀਂ ਹੁੰਦਾ ਇਸ ਲਈ ਸਾਨੂੰ ਕਰੀਬ 6 ਸਾਲ ਲੱਗੇ ਗੌਤਮ ਸ਼ਰੀਵਾਸ ਤੋਂ ਮੁਤਾਬਕ ਉਨ੍ਹਾਂ ਨੇ ਇਹ ਪ੍ਰੋਜੈਕਟ 2011 ਵਿੱਚ ਸ਼ੁਰੂ ਕੀਤਾ ਜਦੋਂ ਉਨ੍ਹਾਂ ਨੇ ਸਿੱਖ ਪੇਂਟਿੰਗਸ ਦਾ ਇੱਕ ਜੋੜਾ ਵੇਖਿਆ ਤੇ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਪੱਛਮੀ ਕਲਾਕਾਰਾਂ ਦੀਆਂ ਸ਼ਾਹਕਾਰ ਕਲਾਕ੍ਰਿਤੀਆਂ ਵਿੱਚੋਂ ਹਨ ਮਹਾਰਾਜਾ ਦਲੀਪ ਸਿੰਘ ਉਹਨਾਂ ਪਹਿਲੇ ਭਾਰਤੀਆਂ ਵਿੱਚੋਂ ਸਨ ਜੋ ਬ੍ਰਿਟਨ ਗਏ ਅਤੇ ਉਹ ਆਪਣੇ ਅੰਤ ਤੱਕ ਉੱਥੋਂ ਦੇ ਲੋਕਾਂ ਵਿੱਚ ਮਕਬੂਲ ਤੇ ਪ੍ਰਸਿੱਧ ਰਹੇ ਤੇ ਪੱਛਮੀ ਕਲਾਕਾਰਾਂ ਦੇ ਦਿਲ ਵਿੱਚ ਹੋਰ ਭਾਰਤੀ ਪਾਈਚਾਰਾ ਨਾਲੋਂ ਸਿੱਖ ਪਾਈਚਾਰੇ ਬਾਰੇ ਕੁਝ ਵੱਖਰੀ ਭਾਵਨਾ ਸੀ ਜੋ ਇਹਨਾਂ ਪੇਂਟਿੰਗਜ਼ ਵਿੱਚ ਵੀ ਨਜ਼ਰ ਆਉਂਦੀ ਹੈ ਇਹਨਾਂ ਪੇਂਟਿੰਗਜ਼ ਵਿੱਚੋਂ ਇਹ ਗੱਲ ਪਰਤੱਖ ਤੌਰ ਤੇ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਬ੍ਰਿਟਿਸ਼ ਰਾਜ ਸਮੇਂ ਸਿੱਖਾਂ ਨੂੰ ਵੱਧ ਮਾਣ ਸਨਮਾਨ ਹਾਸਲ ਸੀ ਅਤੇ ਸਿੱਖ ਕੌਮ ਬਾਰੇ ਬ੍ਰਿਟਿਸ਼ ਸਰਕਾਰ ਦਾ ਨਜ਼ਰੀਆ ਕੀ ਸੀ ਜੋ ਹੋਰ ਭਾਰਤੀ ਕੌਮਾਂ ਦੀ ਤੁਲਨਾ ਵਿੱਚ ਕੁਝ ਵੱਖ ਸੀ ਤੇ ਪੇਂਟਿੰਗਜ਼ ਵਿੱਚ ਇਸ ਦੀ ਤੁਲਨਾ ਕੀਤੀ ਜਾ ਸਕਦੀ ਹੈ ਜੋ ਆਪਣੇ ਆਪ ਹੀ ਕਾਫੀ ਕੁਝ ਬਿਆਨ ਕਰ ਰਹੀ ਹੈ ਉਹਨਾਂ ਨੂੰ ਸਿੱਖ ਕੌਮ ਦੇ ਗੁਣ ਆਕਰਸ਼ਿਤ ਕਰਦੇ ਸਨ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਮਹਾਰਾਜਾ ਸ਼ੇਰ ਸਿੰਘ ਦੀ ਪੇਂਟਿੰਗਸ ਵਿਆਨਾ ਵਿੱਚ ਪ੍ਰਦਰਸ਼ਨੀ ਦੌਰਾਨ ਲਗਾਈ ਗਈ ਤਾਂ ਉਸ ਨੂੰ ਲੱਖਾਂ ਲੋਕ ਵੇਖਣ ਆਏ ਸਨ ਤੇ ਹਰ ਕੋਈ ਉਹਨਾਂ ਦੀ ਸੋਹਣੀ ਦਿੱਖ ਤੋਂ ਪ੍ਰਭਾਵਿਤ ਸੀ ਤੇ وجہ ਹੈ ਕਿ ਪੱਛਮੀ ਕਲਾਕਾਰਾਂ ਦੀ ਪੇਂਟਿੰਗਸ ਵਿੱਚ ਸਿੱਖ کردارਾਂ ਦੀ ਪੇਸ਼ਕਾਰੀ ਸ਼ਾਹਕਾਰ ਦਰਜੇ ਦੀ ਹੈ ਬ੍ਰੈਂਟਨ ਰਸਲ ਅਤੇ ਵੈਸਟਰਨ ਚਰਚਲ ਸਿੱਖ ਪਾਈਚਾਰੇ ਦੇ ਮੁੱਖ ਸਮਰਥਕ ਸਨ ਸਿੱਖ ਧਰਮ ਦੀ ਅਮੀਰ ਵਿਰਾਸਤ, ਦਿਆਲੂ ਸੱਭਿਆਚਾਰ ਤੇ ਦੋ ਮਹਾਨ ਜੰਗਾਂ ਵਿੱਚ ਸਿੱਖ ਕੌਮ ਵੱਲੋਂ ਵਿਖਾਈ ਬਹਾਦਰੀ ਤੇ ਵਫਾਦਾਰੀ ਦੀ ਵਜ੍ਹਾ ਨਾਲ ਉਹਨਾਂ ਨੂੰ ਸਨਮਾਨ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਤੇ ਕਿਸੇ ਹੋਰ ਭਾਰਤੀ ਪਾਈਚਾਰੇ ਦੀ ਤੁਲਨਾ ਵਿੱਚ ਵਿਦੇਸ਼ੀ ਸਰਜ਼ਮੀਨ ਤੇ ਸਿੱਖਾਂ ਦਾ ਮਾਣ ਸਨਮਾਨ ਵੱਧ ਸੀ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ